ਬਾਈਨਰੀ ਇੰਸਟਰਕਟਰ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ 9 ਅਗਸਤ ਦੀ ਜਿਹੜੀ ਈਵਨਿੰਗ ਸ਼ਿਫਟ ਦਾ ਇਗਜ਼ਾਮ ਆ ਉਹ ਖਤਮ ਹੋ ਕੇ ਹਟਿਆ, ਸਟੂਡੈਂਟ ਬਾਹਰ ਆਏ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਮੈਮ, ਪੇਪਰ ਦੇ ਕੇ ਆਏ ਹੋ, ਕਿੱਦਾਂ ਦਾ ਰਿਹਾ ਤੁਹਾਡਾ ਇਗਜ਼ਾਮ? ਬਿਲਕੁਲ ਈਜ਼ੀ ਸੀ, ਬਿਲਕੁਲ ਸੌਖਾ ਸੀਗਾ। ਬਿਲਕੁਲ ਸੌਖਾ ਸੀਗਾ, ਮੇਰੇ ਟਾਈਮ ਤੋਂ ਪਹਿਲਾਂ ਹੀ ਕੰਪਲੀਟ ਹੋ ਗਿਆ ਸੀ। ਠੀਕ ਹੈ ਜੀ, ਜੀ ਐੱਸ ਦੀ ਆਪਾਂ ਗੱਲ ਕਰਦੇ ਹਾਂ, ਜੀ ਐੱਸ ਦੇ ਵਿੱਚ ਪੋਲੀਟੀ 'ਚੋਂ ਕਿੰਨੇ ਕੁ ਸਵਾਲ ਆਏ? ਪੋਲੀਟੀ 'ਚੋਂ 35 ਸਵਾਲ ਆਏ ਸੀ। ਠੀਕ ਹੈ ਜੀ, ਜਨਰਲ ਅਵੇਅਰਨੈਸ ਦੇ ਟੌਪਿਕ ਦੇ ਅੰਦਰ, ਹਾਂਜੀ, ਉਸ 35 ਸਵਾਲ ਆਏ ਸੀਗੇ। ਠੀਕ ਹੈ ਜੀ, ਇਹਦੇ ਵਿੱਚੋਂ ਹੈ ਨਾ ਪੋਲੀਟੀ ਦੇ ਆਰਟੀਕਲ ਪੁੱਛਿਆ ਗਿਆ ਹੋਵੇ, ਕੋਈ ਕੋਈ ਹੈ ਨਾ ਅਨੁਛੇਦ, ਜਿੱਦਾਂ ਆਰਟੀਕਲ ਅਨੁਛੇਦ ਦਾ ਆਇਆ ਹੋਵੇ, ਐਮੈਂਡਮੈਂਟ ਪੁੱਛੀ ਗਈ ਹੋਵੇ ਕੋਈ? ਇਸਦੇ ਵਿੱਚ ਜਿਹੜੇ ਕਿ ਮੁੱਲ ਕਰਤੱਵ ਸੀਗੇ ਆਪਣੇ, ਉਹਨਾਂ ਦੇ ਰਿਲੇਟਡ ਜ਼ਿਆਦਾ ਸੀ, ਵੀ ਮੁੱਲ ਕਰਤੱਵ ਦੇ ਰਿਲੇਟਡ ਕਿਹੜਾ ਅਨੁਛੇਦ ਹੈ, ਹੋਰ ਜ਼ਿਆਦਾ ਨਹੀਂ ਸੀਗੇ ਉਸ ਰਿਲੇਟਡ। ਲੋਕ ਸਭਾ ਰਾਜ ਸਭਾ ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਵੇ, ਜਾਂ ਗਵਰਨਰ ਨਾਲ ਰਿਲੇਟਡ, ਰਾਸ਼ਟਰਪਤੀ ਨਾਲ ਰਿਲੇਟਡ ਕੋਈ ਸਵਾਲ ਹੋਵੇ? ਜਿਹੜੇ ਕਿ ਮੈਟਰ ਆਉਂਦੇ ਨੇ, ਜਿਹੜੇ ਨੋਰਮਲ ਬੇਸਿਸ 'ਤੇ ਆਉਂਦੇ ਨੇ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਹਨਾਂ ਦੇ ਰਿਲੇਟਡ, ਅਤੇ ਜਿਹੜੇ ਗਵਰਨਰ ਸੀ ਉਹਨਾਂ ਦੇ ਰਿਲੇਟਡ ਬਹੁਤ ਕੁਸ਼ਚਨ ਆਏ ਸੀਗੇ, ਸਿਮੀਲਰ ਹੀ ਸੀਗੇ, ਬਟ ਐਂ ਸੀ ਵੀ ਸਿਰਫ ਇਹਨਾਂ ਦੇ ਹੀ ਸੀਗੇ, ਵੀ ਆਊਟ ਆਫ ਦੈਮ ਨਹੀਂ ਸੀ। ਠੀਕ ਹੈ, ਕਰੰਟ ਅਫੇਅਰ ਹੈ ਨਾ ਕਿਹੜੇ ਈਅਰ ਦਾ ਸੀਗਾ, ਜਿੱਦਾਂ 2023-22 21 ਦੇ ਸਵਾਲ ਪੁੱਛੇ ਜਾਂਦੇ ਨੇ, ਕਿਹੜੇ ਈਅਰ ਦਾ ਪੁੱਛਿਆ ਗਿਆ ਸੀ? ਮੇਨਲੀ ਉਸਦੇ ਵਿੱਚ 2020 ਦੇ ਵੀ ਗੱਲ ਹੋਈ ਸੀਗੀ, ਅਤੇ 2000 ਸਿਰਫ 2020 ਤੋਂ ਪਿਛਲੀ ਗੱਲ ਹੋਈ ਸੀ, ਰੀਸੈਂਟ ਦਾ ਨਹੀਂ ਸੀ ਜ਼ਿਆਦਾ ਪੁੱਛਿਆ ਹੋਇਆ। ਠੀਕ ਹੈ, ਕੋਈ ਸਵਾਲ ਯਾਦ ਹੋਵੇ, ਕੋਈ ਹੈ ਨਾ ਯੋਜਨਾ ਪੁੱਛੀ ਗਈ ਹੋਵੇ, ਕੋਈ ਸਪੋਰਟਸ ਨਾਲ ਸੰਬੰਧਿਤ ਸਵਾਲ ਆਇਆ ਹੋਵੇ? ਜਿਵੇਂ ਕਿ ਅਨੁਰਾਗ ਠਾਕੁਰ ਨੇ ਜਿਹੜੀ ਵੀ ਸਕੀਮਸ ਲਾਗੂ ਕੀਤੀਆਂ ਸੀਗੀਆਂ ਰਿਲੇਟਡ ਟੂ ਓਲੰਪਿਕਸ ਜਾਂ ਫਿਰ ਖੇਡਾਂ ਪ੍ਰਤੀ, ਖੇਡਾਂ ਰਿਲੇਟਡ, ਉਹਨਾਂ ਰਿਲੇਟਡ ਕੁਸ਼ਚਨ ਪੁੱਛਿਆ ਗਿਆ ਸੀਗਾ। ਠੀਕ ਹੈ ਜੀ, ਅਤੇ ਹੋਰ ਪੰਜਾਬ GK ਦੇ ਵਿੱਚ ਹੈ ਨਾ ਕੋਈ ਸਵਾਲ ਆਇਆ ਹੋਵੇ, ਹੈ ਨਾ ਜਨਗਣਨਾ 2011 ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਵੇ, ਕੋਈ ਕਿਲਾ ਪੁੱਛਿਆ ਗਿਆ ਹੋਵੇ? ਹਾਂਜੀ, ਅਤੇ ਉਸਦੇ ਵਿੱਚ ਪੁੱਛਿਆ ਹੋਇਆ ਸੀ ਵੀ ਜਨਗਣਨਾ ਅਨੁਸਾਰ ਸਭ ਤੋਂ ਜ਼ਿਆਦਾ ਆਬਾਦੀ ਕਿਸ ਜ਼ਿਲ੍ਹੇ ਦੀ ਸੀ ਆਪਣੇ ਪੰਜਾਬ 'ਚੋਂ? ਠੀਕ ਹੈ ਜੀ, ਅਤੇ ਮੁੱਖ ਮੰਤਰੀ ਦੇ ਅਹੁਦੇ ਦੇ ਰਿਲੇਟਡ ਵੀ ਕੁਸ਼ਚਨ ਆਇਆ ਹੋਇਆ ਸੀ। ਠੀਕ ਹੈ, ਪੰਜਾਬ GK ਦੇ ਵਿੱਚ ਕੋਈ ਕਿਲੇ ਰਿਲੇਟਡ ਪੁੱਛਿਆ ਗਿਆ ਹੋਵੇ ਸਵਾਲ, ਕੋਈ ਹੈ ਨਾ ਸਵਾਲ ਹੋਵੇ, ਇਕੋਨਮੀ ਸਰਵੇ ਆਇਆ ਹੋਵੇ ਪੰਜਾਬ ਦਾ, ਪੰਜਾਬ ਰਿਲੇਟਡ ਜ਼ਿਆਦਾ ਕੁਸ਼ਚਨ ਦੇਖਣ ਨੂੰ ਨਹੀਂ ਮਿਲੇ? ਮੈਥ ਦਾ ਲੈਵਲ ਕਿੱਦਾਂ ਦਾ ਸੀਗਾ, ਹੈ ਨਾ ਸਿੰਪਲੀਫਿਕੇਸ਼ਨ ਦੇ ਕਿੰਨੇ ਕੁ ਸਵਾਲ ਸੀਗੇ? ਬਿਲਕੁਲ ਸਿੰਪਲ ਹੀ ਸੀ, ਨੋਰਮਲ ਬੰਦਾ ਵੀ ਕਰ ਸਕਦਾ, ਇੰਨਾ ਕੁ ਲੈਵਲ ਸੀਗਾ। ਠੀਕ ਹੈ, ਕੰਪਿਊਟਰ ਦਾ ਕੋਈ ਸਵਾਲ ਯਾਦ ਹੋਵੇ? ਕੰਪਿਊਟਰ ਦਾ ਜਿਵੇਂ ਕਿ ਪਾਵਰ ਪੁਆਇੰਟ ਦੇ ਵਿੱਚ ਆਪਾਂ ਆਡੀਓ ਨੂੰ ਕਿਵੇਂ ਆਪਾਂ ਐਜ਼ ਇਨਪੁੱਟ ਭੇਜਦੇ ਹਾਂ, ਕਿਸ ਡਿਵਾਈਸ ਨਾਲ ਭੇਜਦੇ ਹਾਂ, ਉਹ ਹੋ ਗਿਆ। ਅਤੇ ਹੋਰ ਜਿਹੜੇ ਮੇਨ ਇੰਡੀਆ ਦੇ ਲੈਵਲ 'ਤੇ ਜਿਹੜੇ ਮੇਨ ਕੰਪਿਊਟਰਸ ਵਗੈਰਾ ਯੂਜ਼ ਕੀਤੇ ਜਾਂਦੇ ਨੇ, ਉਹਨਾਂ ਰਿਲੇਟਡ ਕੁਸ਼ਚਨ ਸੀ, ਬਿਲਕੁਲ ਸੌਖਾ ਸੀਗਾ। ਠੀਕ ਹੈ, ਸ਼ੁਕਰੀਆ ਮੈਮ ਤੁਹਾਡਾ ਬਹੁਤ ਬਹੁਤ। ਹਾਂਜੀ ਬਾਈ ਜੀ, ਇਗਜ਼ਾਮ ਦੇ ਕੇ ਆਏ ਹੋ, ਕਿੱਦਾਂ ਦਾ ਰਿਹਾ ਤੁਹਾਡਾ ਇਗਜ਼ਾਮ? ਇਗਜ਼ਾਮ ਬਾਈ ਤਿਆਰੀ ਵਧੀਆ ਕੀਤੀ, ਹੁਣ ਉਹਦਾ ਦੇਖਦੇ ਹੁਣ ਵੀ ਜਿਹੜੀ ਮਿਹਨਤ ਰੰਗ ਲਾਉਂਦੀ ਹੈ ਕਿ ਨਹੀਂ। ਠੀਕ ਹੈ ਜੀ, ਕਿੱਦਾਂ ਦਾ ਰਿਹਾ ਵੀਰੇ ਇਗਜ਼ਾਮ ਤੁਹਾਡਾ? ਕਿਵੇਂ? ਇਗਜ਼ਾਮ ਈਜ਼ੀ ਟੂ ਮੋਡਰੇਟ ਰਿਹਾ। ਈਜ਼ੀ ਟੂ ਮੋਡਰੇਟ ਆ? ਯੈਸ ਸਰ, ਵਧੀਆ ਸੀ ਇਗਜ਼ਾਮ ਵੀਰੇ, ਸੌਖਾ ਸੀ, ਵਧੀਆ। ਆਪਾਂ GS ਵਾਲੇ ਪੋਰਸ਼ਨ ਦੀ ਗੱਲ ਕਰਦੇ ਹਾਂ, ਪੋਲੀਟੀ 'ਚੋਂ ਕਿੰਨੇ ਕੁ ਸਵਾਲ ਆਏ, ਹੈ ਨਾ ਕਿਹੜਾ ਆਰਟੀਕਲ ਪੁੱਛਿਆ ਗਿਆ ਜ਼ਿਆਦਾ, ਫੰਡਾਮੈਂਟਲ ਰਾਈਟ 'ਚੋਂ, ਡਿਊਟੀ 'ਚੋਂ ਕਿਹੜੇ ਸਵਾਲ ਆਏ? ਜ਼ਿਆਦਾ ਪੰਚਾਇਤੀ ਰਾਜ ਤੋਂ ਆਏ ਵੀਰੇ, ਪੰਚਾਇਤੀ ਰਾਜ ਤੋਂ। 3 ਤੋਂ 4 ਕੁਸ਼ਚਨ ਪੰਚਾਇਤੀ ਰਾਜ ਤੋਂ ਸੀਗੇ। ਠੀਕ ਹੈ ਜੀ, ਅਤੇ ਇੱਕ ਚੀਫ ਜਸਟਿਸ ਆਫ ਇੰਡੀਆ ਦਾ ਪੁੱਛਿਆ ਗਿਆ ਕਿਹੜਾ ਹੁਣ। ਠੀਕ ਹੈ ਜੀ, ਇਹ ਮਤਲਬ ਕਿ ਹੁਣ ਪੁੱਛਿਆ ਗਿਆ ਕਰੰਟ ਦਾ ਵੀ ਹੁਣ ਕੌਣ ਆ ਚੀਫ ਜਸਟਿਸ? ਕੌਣ ਚੀਫ ਜਸਟਿਸ ਆਫ ਇੰਡੀਆ? ਠੀਕ ਹੈ ਜੀ, ਫੰਡਾਮੈਂਟਲ ਰਾਈਟ 'ਚੋਂ, ਡਿਊਟੀ 'ਚੋਂ ਕੋਈ ਸਵਾਲ ਆਇਆ ਜਾਂ DPSP ਦੇ ਵਿੱਚ? ਨਹੀਂ, DPSP ਦੇ ਫੰਡਾਮੈਂਟਲ ਰਾਈਟ 'ਚ ਕੋਈ ਕੁਸ਼ਚਨ ਨਹੀਂ ਆਇਆ। ਠੀਕ ਹੈ, ਲੋਕ ਸਭਾ ਰਾਜ ਸਭਾ ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਵੇ? ਸਟੇਟਮੈਂਟ ਕੋਈ ਕੁਸ਼ਚਨ ਸੀਗੇ। ਠੀਕ ਹੈ,
ਲੋਕ ਸਭਾ ਤੋਂ ਆਇਆ ਸੀਗਾ ਬਾਈ ਜੀ। ਹਾਂਜੀ ਠੀਕ ਹੈ ਬਾਈ ਜੀ, ਉਹ ਪੁੱਛਿਆ ਸੀਗਾ ਪ੍ਰੈਜ਼ੀਡੈਂਟ ਦੀ ਅਯੋਗਤਾ ਬਾਰੇ ਕਿਹੜਾ ਸਹੀ ਨਹੀਂ ਹੈ। ਠੀਕ ਹੈ, ਆਰਟੀਕਲ ਪੁੱਛਿਆ ਗਿਆ ਸੀ। ਨਹੀਂ ਆਰਟੀਕਲ ਸਟੇਟਮੈਂਟ ਦਿੱਤੇ ਪੁੱਛੀ ਸੀ ਵੀ ਕਿਹੜਾ ਸਹੀ ਨਹੀਂ ਹੈਗਾ, ਆਰਟੀਕਲ ਵੀ ਨਹੀਂ ਆਇਆ। ਠੀਕ ਹੈ ਬਾਈ, ਅਮੈਂਡਮੈਂਟ ਪੁੱਛੀ ਗਈ ਹੋਵੇ ਕੋਈ? ਨਹੀਂ ਕੋਈ ਅਮੈਂਡਮੈਂਟ ਨਹੀਂ। ਠੀਕ ਹੈ, ਕਰੰਟ ਅਫੇਅਰ ਦਾ ਲੈਵਲ ਕਿਹੋ ਜਿਹਾ ਸੀ, ਕਿਹੜੇ ਈਅਰ ਦੇ ਜ਼ਿਆਦਾ ਪੁੱਛੇ ਗਏ ਕਰੰਟ ਅਫੇਅਰ? ਕਰੰਟ ਅਫੇਅਰ ਮੋਸਟਲੀ 2022-23 ਦੇ ਪੁੱਛੇ ਗਏ ਹੈ। 22-23 ਦੇ। ਕੋਈ ਸਵਾਲ ਯਾਦ ਹੋਵੇ ਬਾਈ ਜੀ ਕਰੰਟ ਅਫੇਅਰ ਦਾ, ਕੋਈ ਸਕੀਮ ਪੁੱਛੀ ਗਈ ਹੋਵੇ? ਆਯੁਸ਼ਮਾਨ ਦੀ ਸਕੀਮ ਪੁੱਛੀ ਗਈ ਸੀ। ਕਿੰਨੀ ਉਮਰ ਹੁੰਦੀ ਹੈ ਉਹਦੀ? ਨਹੀਂ ਉਹਦੀ ਕਿੰਨੀ ਉਮਰ ਹੁੰਦੀ ਹੈ? ਵੀ 18 ਹੁੰਦੀ ਹੈ, 14 ਹੁੰਦੀ ਹੈ, ਕਿੰਨੇ ਸਾਲ ਤੱਕ ਦੇ ਬੱਚੇ ਦੇ ਕਾਰਡ ਬਣ ਸਕਦੇ ਆ ਆਯੁਸ਼ਮਾਨ ਕਾਰਡ? ਸਪੋਰਟਸ ਨਾਲ ਸੰਬੰਧਿਤ ਕਰੰਟ ਅਫੇਅਰ? ਸਪੋਰਟਸ ਨਾਲ ਨਹੀਂ, ਕੋਈ ਨਹੀਂ ਆਇਆ। ਕੋਈ ਨਹੀਂ ਆਇਆ? ਕੋਈ ਅਵਾਰਡ ਪੁੱਛਿਆ ਗਿਆ ਹੋਵੇ, ਧਿਆਨ ਚੰਦ ਜਿੱਦਾਂ, ਹੈ ਨਾ? ਕੋਈ ਅਵਾਰਡ ਨਹੀਂ ਪੁੱਛਿਆ। ਠੀਕ ਹੈ, ਕੋਈ ਇੰਡਸਟਰੀ ਨਾਲ ਰਿਲੇਟਡ ਸਵਾਲ ਆਇਆ ਹੋਵੇ, ਇਨਵਾਇਰਨਮੈਂਟ ਰਿਲੇਟਡ ਇਸ਼ੂਜ਼ ਆਏ ਹੋਣ? ਸਟੇਟਮੈਂਟ ਵਾਈਜ਼ ਕੁਐਸਚਨ ਆਇਆ ਸੀ ਬਿਨਾਂ ਇੰਡਸਟਰੀ ਨਾਲ ਕਿਹੜਾ ਸਹੀ ਹੈ। ਠੀਕ ਹੈ, ਸਾਇੰਸ ਦਾ ਕੋਈ ਸਵਾਲ ਆਇਆ ਹੋਵੇ ਜਿੱਦਾਂ ਡਿਜ਼ੀਜ਼ ਬਾਰੇ? ਡਿਜ਼ੀਜ਼ ਉਹ ਆਇਆ ਸੀਗਾ ਜਦੋਂ ਜ਼ਿਆਦਾ ਖੂਨ ਵਗਦਾ ਵੀ ਕਿਹੜਾ ਵਿਟਾਮਿਨ ਵਾਲਾ ਰੁਕਦਾ ਹੈ, ਵਿਟਾਮਿਨ ਕੇ ਹੈ? ਹਾਂਜੀ ਕੇ। ਠੀਕ ਹੈ, ਕੋਈ ਇਨਵਾਇਰਨਮੈਂਟ ਨਾਲ ਸੰਬੰਧਿਤ ਸਵਾਲ ਆਇਆ ਹੋਵੇ? ਕੋਈ ਇਨਵਾਇਰਨਮੈਂਟ ਨਹੀਂ, ਕੋਈ ਨਹੀਂ ਆਇਆ ਸਵਾਲ। ਪੰਜਾਬ ਜੀਕੇ ਦਾ ਹੈ ਨਾ ਕਿੱਦਾਂ, ਕਿੰਨੀ ਕੁ ਵੇਟੇਜ ਰਹੀ, ਕਿੰਨੇ ਕੁ ਸਵਾਲ ਪੰਜਾਬ ਜੀਕੇ ਦੇ? ਪੰਜਾਬ ਜੀਕੇ ਦੀ 4-5 ਕੁਐਸਚਨਾਂ ਦੀ ਵੇਟੇਜ ਰਹੀ। ਠੀਕ ਹੈ, ਕੋਈ ਸਵਾਲ ਯਾਦ ਹੋਵੇ ਤੁਹਾਨੂੰ, ਪੰਜਾਬ ਦੀ ਕੋਈ ਸਕੀਮ ਪੁੱਛੀ ਗਈ ਹੋਵੇ ਜਾਂ ਪੰਜਾਬ ਦੀ ਜਨਗਣਨਾ ਨਾਲ ਸੰਬੰਧਿਤ ਕੋਈ ਸਵਾਲ ਆਇਆ? ਜਨਗਣਨਾ 'ਚ ਕੋਈ ਕੁਐਸਚਨ ਨਹੀਂ ਆਇਆ। ਇਕਨੋਮੀ ਸਰਵੇ ਆਇਆ ਹੋਵੇ ਕੋਈ, ਹੈ ਨਾ? ਪੰਜਾਬ ਦੀ ਭਾਸ਼ਾ ਸੱਭਿਆਚਾਰ ਆਇਆ ਸੀਗਾ? ਸੱਭਿਆਚਾਰ ਆਇਆ ਸੀਗਾ। ਠੀਕ ਹੈ ਜੀ, ਪੰਜਾਬ ਦੇ ਕੋਈ, ਹੈ ਨਾ, ਫਸਲ ਨਾਲ ਸੰਬੰਧਿਤ, ਖੇਤੀਬਾੜੀ ਨਾਲ ਸੰਬੰਧਿਤ ਕੋਈ ਸਵਾਲ? ਨਹੀਂ ਕੋਈ ਇੱਦਾਂ ਕੁਐਸਚਨ। ਕੋਈ ਕਿਲਾ ਪੁੱਛਿਆ ਗਿਆ ਹੋਵੇ ਪੰਜਾਬ ਦਾ ਜਾਂ ਮਿਊਜ਼ੀਅਮ ਵਗੈਰਾ ਪੁੱਛਿਆ ਗਿਆ ਹੋਵੇ, ਕੋਈ ਧਾਰਮਿਕ ਸਥਾਨ? ਫਿਰ ਕੋਈ ਸਵਾਲ ਤੁਹਾਨੂੰ ਯਾਦ ਹੋਵੇ, ਕੋਈ, ਹੈ ਨਾ, ਮਿਸਲਾਂ ਬਾਰੇ ਸਵਾਲ ਆਇਆ ਹੋਵੇ, ਕੋਈ ਸਿੱਖ ਹਿਸਟਰੀ 'ਚੋਂ ਸਵਾਲ ਹੋਵੇ? 1947 ਦੀ ਵੰਡ ਵਜੋਂ ਹੋਏਗਾ, ਸਟੇਟਮੈਂਟ ਵਾਈਜ਼ ਕੁਐਸਚਨ ਆਇਆ ਸੀਗਾ। ਠੀਕ ਹੈ ਜੀ, ਇਹਨਾਂ 'ਚੋਂ ਕਿਹੜੀ ਸਟੇਟਮੈਂਟ ਸਹੀ ਹੈ? ਆਇਆ ਸੀਗਾ ਵੀ ਆਪਣੇ ਆਹ ਕਿਹੜਾ ਹਵਾਈ ਅੱਡਾ ਚੰਡੀਗੜ੍ਹ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਵਾ? ਕਿਹੜੇ ਏਅਰਪੋਰਟ 'ਤੇ ਕਿਹੜੇ ਹਵਾਈ ਅੱਡੇ ਨਾਲ ਜਾਣਿਆ ਜਾਂਦਾ? ਚੰਡੀਗੜ੍ਹ ਵਾਲੇ ਜਿਹੜਾ ਹਵਾਈ ਅੱਡਾ ਉਹਦਾ ਨਾਮ ਕੀ ਆ, ਇਹ ਪੁੱਛਿਆ ਗਿਆ? ਇਹ ਪੁੱਛਿਆ ਗਿਆ। ਠੀਕ ਹੈ ਬਾਈ ਜੀ, ਮੈਥ ਦੀ ਆਪਾਂ ਗੱਲ ਕਰਦੇ ਹਾਂ, ਸਿੰਪਲੀਫਿਕੇਸ਼ਨ ਦੇ ਕਿੰਨੇ ਕੁ ਸਵਾਲ ਆਏ? ਠੀਕ ਹੈ ਜੀ, DI ਦੇ ਵਿੱਚ ਬਾਰ ਗ੍ਰਾਫ ਜਾਂ ਲਾਈਨ ਗ੍ਰਾਫ 'ਚੋਂ ਕਿਹੜਾ ਸਵਾਲ ਆਇਆ ਸੀ ਅਤੇ ਕੀ ਲੈਵਲ ਸੀ ਉਹਦਾ? ਇੱਕ ਕੁਐਸਚਨ ਆਇਆ ਸੀਗਾ ਜੀ, ਬਿਲਕੁਲ ਸਿੰਪਲ ਸੀਗਾ, ਬਿਲਕੁਲ ਸਿੰਪਲ ਸੀਗਾ। ਰੀਜ਼ਨਿੰਗ ਕਿੱਦਾਂ ਦੀ ਸੀ, ਟਾਈਮ ਕੰਜ਼ਿਊਮਿੰਗ ਸੀ ਕਿ ਹੋ ਰਹੀ ਸੀਗੀ? ਟਾਈਮ ਕੰਜ਼ਿਊਮਿੰਗ ਸੀਗੀ। ਠੀਕ ਹੈ, ਕੋਡਿੰਗ ਰਿਕੋਡਿੰਗ ਦੇ ਕਿੰਨੇ ਕੁ ਸਵਾਲ ਸੀਗੇ? ਕੋਡਿੰਗ 5-6 ਕੁਐਸਚਨ ਸੀਗੇ। ਠੀਕ ਹੈ, ਲੈਟਰ ਸੀਰੀਜ਼ ਅਤੇ ਨਮੈਰੀਕਲ ਵੈਲਿਊ ਨੂੰ ਮਿਕਸ ਕੀਤਾ ਹੋਇਆ ਸੀਗਾ, ਇਕੱਲੇ ਇਕੱਲੇ ਸੀਗੇ? ਲੈਟਰ ਸੀਰੀਜ਼ ਦੇ ਨਮੈਰੀਕਲ ਵੀ ਸੀਗੇ। ਠੀਕ ਹੈ ਬਾਈ ਜੀ, ਸਲੋਗ ਦੇ ਕਿੰਨੇ ਸਵਾਲ ਸੀਗੇ? ਸਲੋਗ ਦੇ 2-3 ਕੁਐਸਚਨ ਸੀਗੇ। ਠੀਕ ਹੈ ਜੀ, ਸਿਟਿੰਗ ਅਰੇਂਜਮੈਂਟ ਅਤੇ ਰੈਂਕਿੰਗ ਆਰਡਰ? ਸਿਟਿੰਗ ਅਰੇਂਜਮੈਂਟ ਤੋਂ 1 ਕੁਐਸਚਨ ਸੀਗਾ ਅਤੇ ਉਹਨਾਂ ਦੇ ਨੰਬਰ ਇੰਨੇ ਆ ਵੀ ਉਹਨਾਂ। ਠੀਕ ਹੈ, ਡਾਇਰੈਕਸ਼ਨ ਦਾ ਕੋਈ ਸਵਾਲ ਆਇਆ ਹੋਵੇ? 1 ਕੁਐਸਚਨ ਆ ਜੀ ਡਾਇਰੈਕਸ਼ਨ। ਠੀਕ ਹੈ, ਬਲੱਡ ਰਿਲੇਸ਼ਨ? ਬਲੱਡ ਰਿਲੇਸ਼ਨ ਦਾ 1 ਕੁਐਸਚਨ ਆਇਆ ਸੀਗਾ। ਠੀਕ ਹੈ, ਇੰਗਲਿਸ਼ ਦਾ ਲੈਵਲ ਕਿੱਦਾਂ ਦਾ ਸੀਗਾ? ਇੰਗਲਿਸ਼ ਦਾ ਈਜ਼ੀ ਸੀਗਾ। ਈਜ਼ੀ ਸੀਗਾ, ਪੈਰਾ ਵੱਡਾ ਸੀ ਜਾਂ ਡਿਫਿਕਲਟ? ਸਿੰਪਲ ਸੀਗਾ, 5-6 ਲਾਈਨਾਂ ਦਾ ਪੈਰਾਗ੍ਰਾਫ ਸੀਗਾ। ਠੀਕ ਹੈ, ਲੈਂਗੁਏਜ ਕੀ ਸੀ? ਲੈਂਗੁਏਜ ਈਜ਼ੀ ਸੀਗੀ। ਈਜ਼ੀ ਸੀਗੀ, ਕਿੱਦਾਂ ਦੇ ਸਵਾਲ ਸੀਗੇ, ਐਰਰ ਫਾਈਂਡ ਆਊਟ ਦੇ ਕਿੰਨੇ ਸੀਗੇ, ਪੈਰਾ ਜੰਬਲਿੰਗ ਦੇ? ਪੈਰਾ ਜੰਬਲਿੰਗ 2-3 ਕੁਐਸਚਨ ਸੀਗੇ। ਠੀਕ ਹੈ, ਅਤੇ ਉਸ ਨੂੰ ਟਾਈਟਲ ਦੇਣਾ ਸੀਗਾ ਪੈਰਾਗ੍ਰਾਫ ਨੂੰ। ਠੀਕ ਹੈ ਜੀ, ਅਤੇ ਇੱਕ ਸਿਨੋਨੀਅਮ ਪੁੱਛੇ ਸੀ, ਕਿੱਦਾਂ 2 ਕੁਐਸਚਨ। ਠੀਕ ਹੈ, ਪੰਜਾਬੀ ਇਹੀ ਪੇਪਰ ਦੀ ਆਪਾਂ ਗੱਲ ਕਰ ਰਹੇ ਨੇ, 10 ਸਵਾਲ ਆਉਂਦੇ ਨੇ ਪੰਜਾਬੀ ਦੇ, ਉਹ ਈਜ਼ੀ ਸੀਗਾ, ਬਹੁਤ ਈਜ਼ੀ ਸੀਗਾ। ਕੰਪਿਊਟਰ ਦਾ ਕੋਈ ਸਵਾਲ ਯਾਦ ਹੋਵੇ? ਕੰਪਿਊਟਰ ਦਾ ਹੈ ਬਾ ਈਜ਼ੀ ਸੀਗੇ, ਮੈਂ ਯਾਦ ਨਹੀਂ ਕੁਐਸਚਨ ਨੂੰ। ਠੀਕ ਹੈ, 5 ਸਵਾਲ ਸੀਗੇ, ਕੋਈ ਪਾਵਰ ਪੁਆਇੰਟ ਨਾਲ ਰਿਲੇਟਡ, MS ਆਫਿਸ ਜਾਂ ਐਕਸਲ ਨਾਲ ਰਿਲੇਟਡ ਸਵਾਲ ਹੋਵੇ? ਸਿੰਪਲ ਉਹਨਾਂ ਨੇ ਆਪਣੇ
ਕਰੰਟਾਂ ਨਾਲ ਰਿਲੇਟਡ ਕੋਈ ਪੁੱਛੋ, ਇੰਟਰਨੈਟ ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਵੇ, ਵੈਬ ਬਰਾਊਜ਼ਰ ਸਰਚ ਇੰਜਨ ਬਾਰੇ ਸਵਾਲ ਹੋਵੇ, ਮੈਮਰੀ ਹਰਾਰਕੀ ਤੁਸੀਂ ਸਰਚ ਇੰਜਨ ਤੇ ਹੈਗਾ ਜੀ ਸਵਾਲ, ਸਰਚ ਇੰਜਨ ਨਾਲ ਸੀਗਾ, ਸਰਚ ਇੰਜਨ ਦੇ ਨੈਟਵਰਕ ਤੇ ਕੋਈ ਸਵਾਲ ਹੋਵੇ, ਲੈਨ ਵੈਨ ਬਾਰੇ ਕੋਈ, ਈਮੇਲ ਨਾਲ ਰਿਲੇਟਡ ਸਵਾਲ ਆਇਆ, ਕੀ ਕੰਮ ਲੈ ਰਹੇ ਹਾਂ ਲੈਂਦੇ ਆਪਾਂ ਉਹਦੇ ਬਾਰੇ ਸਵਾਲ ਸੀਗਾ, ਸਾਊਂਡ ਬਾਰੇ ਪੁੱਛਿਆ ਸੀਗਾ ਵੀ ਕਿਹੜਾ ਇਹਨਾਂ ਵਿੱਚੋਂ ਰਿਕਾਰਡ ਕਰਨ ਲਈ ਨਹੀਂ ਵਰਤਿਆ ਜਾਂਦਾ। ਠੀਕ ਹੈ ਠੀਕ ਹੈ, ਸ਼ੁਕਰੀਆ ਬਾਈ। ਹਾਂਜੀ ਸਪੀਕਰ ਉਹ ਦੱਸਿਆ, ਸਪੀਕਰ ਸੀਗਾ ਉਹਦਾ ਸਾਊਂਡ ਲਈ, ਆਊਟਪੁੱਟ ਡਿਵਾਈਸ ਬਾਰੇ ਪੁੱਛ ਲਿਆ, ਆਊਟਪੁੱਟ ਵੀ ਸਾਊਂਡ ਦੇ ਲਈ ਰਿਕਾਰਡ ਕਰਨ ਲਈ ਕਿਹੜੀ ਚੀਜ਼ ਨਹੀਂ ਵਰਤੀ ਜਾਂਦੀ। ਅੱਛਾ, ਸਾਊਂਡ ਰਿਕਾਰਡ ਕਰਨ ਦੇ ਲਈ ਕਿਹੜੀ ਜਿਹੜੀ ਆ ਇਹਨਾਂ ਵਿੱਚੋਂ ਨਹੀਂ ਵਰਤੀ ਜਾਂਦੀ। ਠੀਕ ਹੈ, ਕੋਈ ਹੋਰ ਸਵਾਲ ਬਾਈ ਯਾਦ ਹੋਵੇ, ਕੋਈ ਜੀ ਐਸ ਦਾ ਕੋਈ ਸਕੀਮ ਆਈ ਹੋਵੇ ਜਾਂ ਤੁਹਾਡੇ ਹੁਣ ਯਾਦ ਹੋਵੇ? ਸਕੀਮ ਆਈ ਉੱਥੋਂ, ਕੀ ਨਾਮ ਆ, ਯੂਥ ਸਪੋਰਟ ਨਾਲ ਆਇਆ ਸੀਗਾ, ਆਇਆ ਸੀਗਾ ਕੋਈ ਸਪੋਰਟ? ਹਾਂਜੀ, ਉਹ ਵੀ ਸਟੇਟਮੈਂਟ ਵਾਈਜ਼ ਕੁਐਸਚਨ ਸੀਗਾ। ਕ੍ਰਿਕਟ ਬਾਰੇ ਸਵਾਲ ਆਇਆ ਸੀਗਾ ਕੋਈ? ਨਹੀਂ, ਕ੍ਰਿਕਟ ਬਾਰੇ ਨਹੀਂ। ਠੀਕ ਹੈ ਠੀਕ ਹੈ, ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ ਜੀ, ਓਕੇ। ਹਾਂਜੀ ਵੀਰੇ, ਐਗਜ਼ਾਮ ਦੇ ਕੇ ਆਏ ਹੋ, ਕਿਵੇਂ ਦਾ ਰਿਹਾ ਤੁਹਾਡਾ ਐਗਜ਼ਾਮ? ਐਗਜ਼ਾਮ ਵੀਰੇ ਮੋਸਟਲੀ ਮਤਲਬ ਐਵਰੇਜ ਤੋਂ ਥੋੜ੍ਹਾ 2+ ਕਹਿ ਲਓ ਵਧੀਆ ਗਿਆ, ਅਤੇ ਵਾਹਿਗੁਰੂ ਦੀ ਮਿਹਰ ਰਹੂ ਤਾਂ ਸਿਲੈਕਸ਼ਨ ਹੋ ਜੂਗੀ। ਮੈਥ ਆਪਣੀ ਤਿਆਰੀ ਦੇ ਰਿਗਾਰਡਿੰਗ ਹੀ ਆਇਆ, ਪਰਸੈਂਟੇਜ ਆਪਾਂ ਰੈਡੀ ਕਰਕੇ ਆਏ ਸੀ ਅਤੇ ਮੋਸਟਲੀ ਕੁਐਸਚਨ ਮੈਨੂੰ ਪਰਸੈਂਟੇਜ ਤੋਂ ਟੱਕ ਰਹੇ ਨੇ, 2-4 ਮਤਲਬ ਤੁਸੀਂ ਐਂ ਕਰ ਲਓ ਕਿ 40% ਮੈਥ ਦੇ ਵਿੱਚ ਆ ਗਿਆ ਇਹ ਐਵਰੇਜ ਆ ਗਿਆ, ਅਤੇ ਬਾਕੀ 50% ਸਿੰਪਲੀਫਿਕੇਸ਼ਨ, ਇੱਕ ਕੁਐਸਚਨ ਸਿੰਪਲੀਫਿਕੇਸ਼ਨ ਦਾ, ਸਿਰਫ ਇੱਕ ਕੁਐਸਚਨ, ਓਨਲੀ ਵਨ ਸਿੰਪਲ ਇੰਟਰਸਟ ਦੇ ਸਵਾਲ, ਸਿੰਪਲ ਇੰਟਰਸਟ ਸਾਰੇ ਵੀ ਦੀ ਇਹ ਪ੍ਰੋਫਿਟ ਐਂਡ ਲੋਸ ਇਹ ਸਾਰਾ ਦੀਗਾ, ਮਤਲਬ ਇੱਕ ਹੀ ਕੁਐਸਚਨ ਸਭ ਦੇ, ਬਾਕੀ ਮੋਸਟਲੀ ਕਿਹਾ ਨਾ ਜਿਵੇਂ ਪਰਸੈਂਟ ਐਵਰੇਜ ਤੇ ਰੇਸ਼ੋ ਐਂਡ ਪ੍ਰੋਪੋਰਸ਼ਨ, ਐਵਰੇਜ ਦੇ ਤੇ ਰੇਸ਼ੋ ਦੇ, ਮਤਲਬ 5-5 ਸਵਾਲ, 4 ਸਵਾਲ, 5 ਸਵਾਲ, ਮਤਲਬ ਇੱਕ ਸਵਾਲ ਤੋਂ ਬਾਅਦ ਨੈਕਸਟ ਸਵਾਲ ਇਹਦਾ ਹੀ ਹੁੰਦਾ ਸੀ। ਠੀਕ ਹੈ ਬਾਈ ਜੀ, ਆਪਾਂ ਜੀ ਐਸ ਦੀ ਗੱਲ ਕਰਦੇ ਹਾਂ, ਪੋਲਿਟੀ ਦੇ ਕਿੰਨੇ ਕੁ ਸਵਾਲ ਆਏ? ਪੋਲਿਟੀ ਜੀ ਦੇਖੋ, ਮੇਨ ਤਾਂ ਇਹਨਾਂ ਨੇ ਪੁਰਾਣੀਆਂ ਪੁੱਛੀ ਆ, 2011 ਦੇ ਰਿਲੇਟਡ, 2011-2022 ਇਹ ਦੋ ਅਟੈਚ ਕਰੇ ਨੇ, ਅਤੇ ਕੋਈ ਸਵਾਲ ਯਾਦ ਹੋਵੇ ਕੋਈ, ਹੈ ਨਾ, ਅਨੁਛੇਦ ਪੁੱਛਿਆ ਗਿਆ ਹੋਵੇ? ਅਨੁਛੇਦ ਇੱਕ ਤਾਂ ਇਹਨਾਂ ਨੇ ਜੀ ਪੁੱਛਿਆ 2022 'ਚ, ਮਤਲਬ ਇਹਨਾਂ ਨੇ ਜਿਵੇਂ ਆਰਟੀਕਲ ਲਿਖਤੇ, ਜਿਵੇਂ 307 ਹੋ ਗਿਆ, 370 ਹੋ ਗਿਆ, ਬਦਲਾਅ ਵਗੈਰਾ ਲਿਖਤੇ 3-4 ਆਪਸ਼ਨ, ਅਤੇ ਉਸ ਦੇ ਵਿੱਚ ਪੁੱਛਿਆ ਕਿ 2022 'ਚ ਕਿਹੜਾ ਲਾਗੂ ਕੀਤਾ ਗਿਆ, ਅਤੇ ਨੀਤੀ ਆਯੋਗ ਹੋ ਗਏ, ਆਯੋਗ ਕਿਹੜੇ ਨਵੀਂ ਨੀਤੀਆਂ, ਇਹ ਪੁੱਛਿਆ ਗਿਆ ਪੋਲਟੀ ਲੈਵਲ ਦੇ ਵਿੱਚ, ਅਦਰਵਾਈਜ਼ ਆਈ ਡੋਂਟ ਥਿੰਕ ਕਿ ਕੋਈ ਅਲੱਗ ਕੁਐਸਚਨ ਆਇਆ ਹੋਵੇ। ਬਾਈ ਜੀ, ਕੋਈ ਲੋਕ ਸਭਾ, ਰਾਜ ਸਭਾ ਤੋਂ ਕੋਈ ਸੰਬੰਧਿਤ ਸਵਾਲ ਆਇਆ ਹੋਵੇ? ਨਹੀਂ ਭਾਅ ਜੀ, ਉਹਦੇ ਨਾਲ ਰਿਲੇਟਡ ਕੋਈ ਨਹੀਂ ਸੀ। ਕੋਈ ਰਾਸ਼ਟਰਪਤੀ ਨਾਲ ਸੰਬੰਧਿਤ ਜਾਂ ਗਵਰਨਰ ਨਾਲ ਸੰਬੰਧਿਤ ਸਵਾਲ ਆਇਆ? ਰਾਸ਼ਟਰਪਤੀ ਨਾਲ ਸੰਬੰਧਿਤ ਕੁਐਸਚਨ ਆਇਆ ਵੀ ਜਿਹੜਾ ਮਤਲਬ ਆਪਣੇ ਉਹਦਾ ਹੁੰਦਾ ਵਿੱਤ ਮੰਤਰੀ ਹੁੰਦਾ, ਉਹਦਾ ਚੁਣਾਅ ਕੌਣ ਕਰਦਾ? ਠੀਕ ਹੈ ਜੀ, ਤਾਂ ਉਹਦੇ, ਹਾਂ, ਉਹਦੀ ਮਤਲਬ ਕਿ ਉਹਨੂੰ ਕੰਟਰੋਲ ਕੌਣ ਕਰਦਾ, ਉਹਦੀ ਨਿਗਰਾਨੀ ਕੌਣ ਕਰਦਾ, ਅਤੇ ਇੱਕ ਕਾਨੂੰਨ ਦਾ ਮਤਲਬ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਕਾਨੂੰਨੀ ਅਫਸਰ ਕੌਣ ਹੈ? ਠੀਕ ਹੈ ਜੀ, ਹਾਂ, ਅਤੇ ਅਟਾਰਨੀ ਆਫ ਜਨਰਲ ਆਂਸਰ ਇਹਦਾ, ਇਹ ਸਭ ਤੋਂ ਵੱਡਾ ਅਫਸਰ ਹੈ। ਠੀਕ ਹੈ ਬਾਈ ਜੀ, ਕੋਈ ਪੰਚਾਇਤ ਨਾਲ ਸੰਬੰਧਿਤ ਜਾਂ ਹੈ ਨਾ ਨਗਰ ਪਾਲਿਕਾ ਨਾਲ ਸੰਬੰਧਿਤ ਸਵਾਲ ਆਇਆ ਹੋਵੇ? ਇਹਦਾ ਵੀ ਜੀ, ਵੀ ਨਗਰ ਪੰਚਾਇਤ ਦੀ ਜਿੱਥੇ ਮਤਲਬ ਲੱਗਣੀ ਹੈ, ਜੇ ਪੰਚਾਇਤ ਲੱਗਣੀ ਹੈ ਤਾਂ ਉਹਦੀ ਸਾਰਾ ਵਿਵਸਥਾ ਵਗੈਰਾ ਕੌਣ ਕਰਦਾ, ਉੱਥੇ ਟੇਬਲ ਵਗੈਰਾ, ਹਾਂ, ਇਸ ਸਾਰਾ ਅਰੇਂਜਮੈਂਟ ਕੌਣ? ਠੀਕ ਹੈ, ਦੇਖਦਾ ਜੀ। ਕਰੰਟ ਅਫੇਅਰ ਦੇ ਵਿੱਚ ਕੋਈ ਸਕੀਮ ਪੁੱਛੀ ਗਈ ਹੋਵੇ, ਹੈ ਨਾ, ਕੋਈ ਸਪੋਰਟਸ ਨਾਲ ਸੰਬੰਧਿਤ ਸਵਾਲ ਆਇਆ ਹੋਵੇ? ਸਾਰਾ ਕੁਝ ਸਪੋਰਟਸ ਨਾਲ, ਕਰੰਟ ਅਫੇਅਰ 'ਚ ਆਲ ਟੋਟਲ ਮੈਡਲ, ਮਤਲਬ ਪੁਰਾਣੇ ਕਿਹਨਾਂ ਨੇ ਹਾਲੀ 'ਚ ਹੁਣ ਅਵਾਰਡ ਕਿਹਨਾਂ ਜਿੱਤੇ ਨੇ ਮੈਡਲ, ਅਤੇ ਨੀਰਜ ਚੋਪੜਾ ਦਾ ਇੱਕ ਲੇਟੈਸਟ ਕੁਐਸਚਨ ਆਇਆ ਕਿ ਨੀਰਜ ਚੋਪੜਾ ਨੇ ਹਲੇ ਇਸ ਟਾਈਮ ਕਿੰਨਾ ਸੈਂਟੀਮੀਟਰ ਸੁੱਟਿਆ? ਇਹ ਸਵਾਲ ਆਇਆ ਸੀ ਮੈਨੂੰ, ਇਹ ਸਵਾਲ ਸੀਗਾ ਨੀਰਜ ਚੋਪੜਾ ਦਾ ਵੀ ਕਿੰਨਾ ਦੂਰ ਤੱਕ ਜਾਊਗਾ ਇਹ? ਠੀਕ ਹੈ, ਹਾਂ, ਇਹ ਕੁਐਸਚਨ ਸੀ। ਅਤੇ ਬਾਕੀ ਕੋਈ ਹੋਰ ਸਵਾਲ ਪੰਜਾਬ ਜੀ ਕੇ ਦੇ ਵਿੱਚੋਂ ਕਿਹੜਾ ਸਵਾਲ ਹੋਊ? ਪੰਜਾਬ ਜੀ ਕੇ ਦਾ ਹੈਗਾ ਜੀ, ਮਤਲਬ ਉਹੀ ਇੱਕ ਅੱਧੇ ਟੁੱਟਵੇਂ ਸਵਾਲ, ਪਜੋਖੜ ਤੋਂ ਪੰਜਾਬੀ ਸੱਭਿਆਚਾਰ ਪੁਰਾਣੇ ਵੀ ਰਸਮਾਂ ਰਿਵਾਜ਼ਾਂ ਇਹੀ ਥੋੜ੍ਹਾ ਬਹੁਤਾ ਬਸ। ਠੀਕ ਹੈ, ਜਨਗਣਨਾ 2011 ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਊਗਾ ਜੀ? ਆਇਆ ਨਹੀਂ ਕੋਈ।
ਠੀਕ ਹੈ, ਰੀਜਨਿੰਗ ਦਾ ਕੋਈ ਹੈ ਨਾ, ਰੀਜਨਿੰਗ ਦੇ ਟੋਪਿਕ ਦੀ ਗੱਲ ਕਰਦਾ, ਟਾਈਮ ਕੰਜ਼ਿਊਮਿੰਗ ਸੀ ਜਾਂ ਹੋ ਰਹੇ ਸੀ ਸਵਾਲ ਰੀਜਨਿੰਗ ਦੇ? ਰੀਜਨਿੰਗ ਦੇ ਸਵਾਲ ਹਾਰਡ ਸੀ ਸਰ, ਠੀਕ ਹੈ, ਅਤੇ ਇਸ ਟਾਈਮ ਇਸ ਵਾਰ ਕਹਿ ਸਕਦੇ ਹਾਂ ਆਪਾਂ ਕਿ ਮੋਸਟਲੀ ਜਿਹਨੇ ਟਾਈਮ ਮਾਰਿਆ ਸਾਡਾ ਮੈਥ ਰੀਜਨਿੰਗ ਨਹੀਂ ਮਾਰਿਆ, ਟਫ ਦੀ ਇਹ ਕਹਿ ਦਿੰਦਾ ਇਸ ਸ਼ਿਫਟ, ਮੈਨੂੰ ਬਾਕੀਆਂ ਦਾ ਨਹੀਂ ਪਤਾ ਪਰ ਇਹ ਸ਼ਿਫਟ ਸਾਡੇ ਵਾਸਤੇ ਜਦੋਂ ਕਿ ਮੈਂ ਰੈਡੀ ਕਰਕੇ ਆਇਆ ਸੀ ਪ੍ਰਪੇਅਰ ਹੋ ਕੇ, ਅਤੇ ਪਰ ਮੇ ਬੀ ਹਾਰਡ ਬਹੁਤ ਜ਼ਿਆਦਾ, ਠੀਕ ਹੈ। ਕੰਪਿਊਟਰ ਦਾ ਕੋਈ ਸਵਾਲ ਯਾਦ ਹੋਵੇ ਬਾਈ ਜੀ, ਕੰਪਿਊਟਰ ਦੇ ਵਿੱਚ ਪਾਵਰ ਪੁਆਇੰਟ, ਐਕਸਲ, ਵਰਡ ਦੇ ਵਿੱਚੋਂ ਕੋਈ ਸਵਾਲ ਪੁੱਛਿਆ ਹੋਵੇ, ਕੋਈ ਸਰਚ ਇੰਜਨ ਤੋਂ ਸਵਾਲ ਆਇਆ ਹੋਵੇ, ਆਊਟਪੁੱਟ ਡਿਵਾਈਸ ਕੋਈ ਸਵਾਲ ਆਇਆ ਹੋਵੇ? ਸਰਚ ਇੰਜਨ ਦਾ ਇਹੀ ਕੰਮ ਪੁੱਛਿਆ ਜੀ ਇੱਕ ਸਵਾਲ ਕਿ ਸਰਚ ਇੰਜਨ ਇੰਜਨ ਦਾ ਮੁੱਖ ਕੰਮ ਕੀ ਹੈ? ਬਸ ਸਰਚ। ਕੋਈ ਹੋਰ ਸਵਾਲ ਈਮੇਲ ਨਾਲ ਸੰਬੰਧਿਤ ਕੋਈ ਸਵਾਲ ਆ? ਨਹੀਂ ਸਰ ਕੁਛ ਨਹੀਂ ਹੈ ਸਰ। ਪੰਜ ਕੁਸ਼ਚਨ, ਠੀਕ ਹੈ, ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ ਜੀ, ਧੰਨਵਾਦ। ਹਾਂਜੀ, ਸਟੂਡੈਂਟਸ ਦੇ ਰਿਵਿਊ ਨੇ ਜਿਹੜੇ ਤੁਸੀਂ ਨੇ ਸੁਣੇ ਹੀ ਲਏ ਨੇ ਵੀ ਹੈ ਨਾ ਕਿਹੜੇ ਟੋਪਿਕ ਦੇ ਵਿੱਚੋਂ ਕਿੰਨੇ ਸਵਾਲ ਆਏ, ਸੇਮ ਜਿਹੜਾ ਲੈਵਲ ਆ ਪਿਛਲੀਆਂ ਸ਼ਿਫਟਾਂ 'ਚ ਤਰ੍ਹਾਂ ਹੀ ਆ ਰਿਹਾ। 8 ਤੋਂ 10 ਸਵਾਲ ਸੀਗੇ ਜਿਹੜੇ ਪੋਲਿਟੀ ਦੇ ਆਏ ਸੀ, ਪੰਚਾਇਤ ਨਾਲ ਸੰਬੰਧਿਤ ਸਵਾਲ ਪੁੱਛੇ ਗਏ ਸੀਗੇ, ਪੰਚਾਇਤ ਦੀ ਇਨਕਮ ਕੌਣ ਚੈੱਕ ਕਰਦਾ ਇਹਦੇ ਬਾਰੇ ਸਵਾਲ ਸੀਗਾ, ਨਗਰ ਪਾਲਿਕਾ ਦੇ ਵਿੱਚੋਂ ਇੱਕ ਸਵਾਲ ਸੀਗਾ, ਗਵਰਨਰ ਨਾਲ ਸੰਬੰਧਿਤ ਸਵਾਲ ਸੀ, ਇੱਕ ਅਟੋਰਨੀ ਜਨਰਲ ਨਾਲ ਕਹਿ ਰਹੇ ਨੇਗੇ ਹੈ ਨਾ ਸੰਬੰਧਿਤ ਸਵਾਲ ਸੀਗਾ, ਕਰੰਟ ਅਫੇਅਰ ਸੀ ਜਿਹੜੇ ਉਹ 22-23 ਦੇ ਹੀ ਸੀਗੇ, ਜਿਹਦੇ ਵਿੱਚ ਸਪੋਰਟਸ ਨਾਲ ਸੰਬੰਧਿਤ 1-2 ਸਵਾਲ ਆਏ ਸੀਗੇ, ਬਾਕੀ ਸਕੀਮਾਂ ਪੁੱਛੀਆਂ ਗਈਆਂ ਸੀਗੀਆਂ ਹੈ ਨਾ 2022 ਦੀ, ਇੱਕ ਕੋਈ ਘਰ ਦੇ ਕਮਾਲ ਸਕੀਮ ਬਾਰੇ ਸਾਨੂੰ ਸਟੂਡੈਂਟ ਦੱਸ ਕੇ ਗਏ ਨੇਗੇ, ਇੱਕ ਬੀਮੇ ਯੋਜਨਾ ਨਾਲ ਸੰਬੰਧਿਤ ਕੋਈ ਸਕੀਮ ਸੀਗੀ, ਪੰਜਾਬ GK ਦੇ ਵੀ 4-5 ਸਵਾਲ ਸੀਗੇ, ਰੀਜਨਿੰਗ ਅਤੇ ਮੈਥ ਦਾ ਜਿਹੜਾ ਲੈਵਲ ਸੀਗਾ ਉਹ ਮੋਡਰੇਟ ਸੀਗਾ, ਵਿੱਚ ਸਟੂਡੈਂਟ ਕਹਿ ਰਹੇ ਸੀਗੇ ਟਾਈਮ ਕੰਜ਼ਿਊਮਿੰਗ ਜ਼ਿਆਦਾ ਸੀ, ਵਿੱਚ ਕਹਿ ਰਹੇ ਸੀਗੇ ਵੀ ਸੌਖੇ ਸੀਗੇ, ਉਹ ਤੁਹਾਡੀ ਤਿਆਰੀ 'ਤੇ ਡਿਪੈਂਡ ਕਰਦਾ, ਜਿਨ੍ਹਾਂ ਨੇ ਹੁਣ ਮੌਕ ਟੈਸਟ ਲਾਏ ਨੇ ਟਾਈਮ ਦੇ ਕੇ ਹੈ ਨਾ ਪ੍ਰੈਕਟਿਸ ਕੀਤੀ ਆ ਉਹਨਾਂ ਨੂੰ ਤਾਂ ਸੌਖਾ ਲੱਗਣਾ, ਉਹਨਾਂ ਨੂੰ ਟਾਈਮ ਚੈੱਕ ਹੈ ਨਾ ਮੈਨੇਜਮੈਂਟ ਉਹਨਾਂ ਦੀ ਸਹੀ ਆ, ਜਿਹੜੇ ਇੱਦਾਂ ਤਿਆਰੀ ਤੋਂ ਬਿਨਾਂ ਆ ਜਾਂਦੇ ਨੇ ਜਾਂ ਲਾ ਲਓ ਵੀ ਤਿਆਰੀ ਘੱਟ ਹੁੰਦੀ ਆ, ਮੌਕ ਟੈਸਟ ਨਹੀਂ ਲਾਏ ਹੁੰਦੇ, ਉਹਨਾਂ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਸੀਗੀ ਰੀਜਨਿੰਗ। ਮੈਥ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਕੁਆਂਟ ਦੇ ਵਿੱਚ ਸਿੰਪਲੀਫਿਕੇਸ਼ਨ ਦੇ 2-3 ਸਵਾਲ ਆਏ, ਪ੍ਰੋਫਿਟ ਐਂਡ ਲੋਸ ਦੇ 2 ਸਵਾਲ ਸੀ, ਸਿੰਪਲ ਇੰਟਰਸਟ ਦੇ 2 ਸਵਾਲ ਸੀ, ਐਵਰੇਜ ਅਤੇ ਰੇਸ਼ੋ ਐਂਡ ਪ੍ਰਪੋਰਸ਼ਨ ਦੇ ਵਿੱਚੋਂ 2-2 ਸਵਾਲ ਸੀਗੇ, ਬਾਕੀ ਇੱਕ ਸਵਾਲ ਸੀਗਾ ਜਿਹੜਾ ਟਾਈਮ ਐਂਡ ਵਰਕ ਦਾ ਸੀਗਾ, DI ਦੇ ਵਿੱਚ ਬਾਰਗ੍ਰਾਫ ਨਾਲ ਸੰਬੰਧਿਤ ਸਵਾਲ ਸੀ ਉਹ ਸਿੰਪਲ ਸੀਗਾ, ਰੀਜਨਿੰਗ ਦੇ ਵਿੱਚ ਕੋਡਿੰਗ ਡਿਕੋਡਿੰਗ ਦੇ 3 ਸਵਾਲ, ਸੈਟਿੰਗ ਅਰੇਜਮੈਂਟ ਅਤੇ ਰੈਂਕਿੰਗ ਆਰਡਰ ਦਾ 1-1 ਸਵਾਲ, ਸਲੋਗ ਦੇ ਵਿੱਚੋਂ 3-4 ਸਵਾਲ ਸੀਗੇ, 1 ਸਵਾਲ ਡਾਇਰੈਕਸ਼ਨ ਦਾ ਆਇਆ ਸੀਗਾ, ਬਾਕੀ ਜਿਹੜੇ ਸਵਾਲ ਸੀਗੇ ਬਲੱਡ ਰਿਲੇਸ਼ਨ ਦਾ 1 ਸਵਾਲ ਆਇਆ ਸੀਗਾ, ਇੰਗਲਿਸ਼ ਦੇ ਵਿੱਚ ਪੈਸੇਜ ਸੀਗਾ ਜਿਹੜਾ ਉਹ ਸਿੰਪਲ ਸੀਗਾ, ਪੈਸੇਜ ਦਾ ਟਾਈਟਲ ਦੇਣਾ ਸੀਗਾ, ਨਾਮ ਦੇਣਾ ਸੀਗਾ, ਅਤੇ ਬਾਕੀ ਸਿਨੋਨਿਮਸ ਪੁੱਛੇ ਗਏ ਸੀਗੇ, 1 ਪੈਰਾ ਜੰਬਲਿੰਗ ਵਾਲਾ ਸਵਾਲ ਸੀਗਾ, ਸਿੰਪਲ ਸੀਗੇ ਜਾਣੀ ਸਵਾਲ, ਪੰਜਾਬੀ ਬਿਲਕੁਲ ਸੌਖੀ ਸੀ, ਕੰਪਿਊਟਰ ਦੇ ਵਿੱਚ 1 ਸਾਊਂਡ ਦਾ ਡਿਵਾਈਸ ਦੱਸਣਾ ਸੀ ਵੀ ਕਿਹਦੇ ਦੇ ਦੁਆਰਾ ਜਿਹੜੀ ਸਾਊਂਡ ਆ ਉਹ ਰਿਕਾਰਡ ਕੀਤੀ ਜਾ ਸਕਦੀ ਆ, 1 ਐਕਸਲ ਦੇ ਵਿੱਚੋਂ ਸਵਾਲ ਪੁੱਛਿਆ ਗਿਆ ਸੀ, 1 ਸਵਾਲ ਸੀ ਜਿਹੜਾ ਉਹ ਸਰਚ ਇੰਜਨ ਦੇ ਨਾਲ ਸੀਗਾ, ਬਾਕੀ ਤੁਸੀਂ ਵੀਡੀਓ ਦੇਖਦੇ ਰਹੋ, ਜੇਕਰ ਤੁਹਾਨੂੰ ਇਹ ਵੀਡੀਓ ਨੇ ਕੋਈ ਫਾਇਦਾ ਕੀਤਾ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ, ਸ਼ੁਕਰੀਆ ਜੀ।